ਸੋ ਦੁਸ਼ਟ ਆਤਮਾਵਾਂ ਤੋਂ ਵੀ ਵੱਡਾ ਇੱਕ ਹਿੱਸਾ ਹੈ ਜਿਹੜਾ ਕ੍ਰਿਸਚਨਾਂ ਨੇ ਜਿਨ੍ਹਾਂ ਚੋਂ ਨਿਕਲਣਾ ਹੈ। ਸ਼ੈਤਾਨ ਤੋਂ ਵੀ ਵੱਡਾ ਇੱਕ ਹਿੱਸਾ ਹੈ ਜਿਨ੍ਹਾਂ 'ਤੇ ਫਤਿਹ ਪਾਉਣੀ ਆ ਸਭ ਕ੍ਰਿਸਚਨਾਂ ਨੇ, ਉਹ ਹੈ ਲੋਕਾਂ ਨੂੰ ਖੁਸ਼ ਕਰਨ ਦੀ ਇੱਛਾ 'ਤੇ ਫਤਿਹ ਪਾਉਣਾ। ਸ਼ਾਊਲ ਰੱਦਿਆ ਗਿਆ ਰਾਜਾ ਹੋਣ ਤੋਂ ਲੋਕਾਂ ਨੂੰ ਖੁਸ਼ ਕਰਦਾ ਕਰਦਾ। ਯਾਦ ਰੱਖਣਾ, ਪਰਮੇਸ਼ੁਰ ਇੰਨੀ ਕੁ ਖਿੱਚਦਾ ਵਾ, ਪਰਮੇਸ਼ੁਰ ਜਦੋਂ ਤੁਸੀਂ ਇਨਸਾਨਾਂ ਨੂੰ ਖੁਸ਼ ਕਰਦੇ ਕਰਦੇ ਪਰਮੇਸ਼ੁਰ ਨੂੰ ਦੁਖੀ ਕਰ ਲੈਂਦੇ, ਗੁੱਸੇ ਕਰ ਲੈਂਦੇ। ਸਭ ਤੋਂ ਜ਼ਿਆਦਾ ਪਰਮੇਸ਼ੁਰ ਨੂੰ ਇਸ ਚੀਜ਼ ਦਾ ਦੁੱਖ ਲੱਗਦਾ ਔਰ ਗੁੱਸਾ ਚੜ੍ਹਦਾ ਵਾ ਜੇ ਤੁਸੀਂ ਪੁਰਾਣਾ ਇਤਨਾ ਵਾ ਧਿਆਨ ਨਾ ਰੱਖੋ। ਸਾਰੇ ਸੁਣ ਰਹੇ ਧਿਆਨ? ਹਾਲੇਲੂਇਆ। ਕੁਰਬਾਨੀਆਂ ਲਈ ਇਹ ਸਭ ਚੀਜ਼ਾਂ ਦੇ ਲਈ ਉਹ ਲੈ ਆਇਆ ਅਤੇ ਉਹ ਕਹਿੰਦਾ ਕਿ ਕੀ ਯਹੋਵਾ ਕੁਰਬਾਨੀਆਂ ਭੇਟਾਂ ਤੋਂ ਖੁਸ਼ ਹੁੰਦਾ ਜਾਂ ਇਸ ਤੋਂ ਕਿ ਉਹਦੀ ਆਵਾਜ਼ ਸੁਣੀ ਜਾਵੇ। ਯਹੋਵਾ ਬੋਲਿਆ ਸੀ ਅਮਾਲੇਕੀਆਂ 'ਚੋਂ ਇੱਕ ਨੂੰ ਵੀ ਜ਼ਿੰਦਾ ਨਹੀਂ ਛੱਡਣਾ। ਉਹਨੇ ਰਾਜੇ ਨੂੰ ਵੀ ਫੜ ਲਿਆ ਔਰ ਮੋਟੇ ਮੋਟੇ ਪਲੇ ਜਾਨਵਰਾਂ ਨੂੰ ਵੀ ਲੋਕਾਂ ਦਾ ਕਰਕੇ ਉਹਨੇ ਰੱਖ ਲਿਆ ਔਰ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ। ਮੇਰੀ ਭੈਣ, ਮੇਰੇ ਭਰਾ, ਸਭ ਤੋਂ ਵੱਡੀ ਜਿਹੜੀ ਬਿਗੈਸਟ ਚੀਜ਼ ਜਿੱਥੋਂ ਤੁਸੀਂ ਨਿਕਲਣਾ ਵਾ ਉਹ ਹੈਗਾ ਲੋਕਾਂ ਨੂੰ ਖੁਸ਼ ਕਰਨ ਦੀ ਇੱਛਾ। ਲੋਕ ਤੁਹਾਡੇ ਬਾਰੇ ਕੀ ਕਹਿੰਦੇ ਆ, ਲੋਕ ਤੁਹਾਨੂੰ ਕੀ ਓਪੀਨੀਅਨ ਦਿੰਦੇ ਆ,